हाँ भी प्यारे विद्यार्थियों, तैयार हो सारे? शाबाश। अज आप मुकाबला करा रहे, तुसी अपने अपने विचार पेश करने। जिमें कल आप शहरां च रहना चंगा कि पिंडां च रहना चंगा, उत्थे तुहाडी ए टीम बी टीम बना के आपां तुहाडे विचार सुने। दोनों धिरां ने बहुत ही सोहणे अपने विचार पेश कीते। ते अज अपना जिहड़ा विषय कि पुराना समा चंगा सी जां फिर हुण वाला समा चंगा। सब तो पहलां आपां ए बी टीम दे विच्चों एक एक विद्यार्थी दे विचार सुणांगे, उहदा की कहना है, फिर इकट्ठे रूप दे विच आपां चलांगे। हाँ जी, पहला विद्यार्थी, तुहाडा विशा हैगा कि नवा समा चंगा, दसो भी की चंगा इहदे विच ते की माड़ा सी पुराने समय दा? पुराने समय विच सर जी जिहड़े विशेर हुंदे हैगे उह किराए ते दिंदे हैगे। VCR किराए ते दिंदे हैगे। अच्छा, किराए दिंदे। ते जिहड़ा हुण नवा समा है, इत्थे ही कैस्टां ते चक के आपां आपदा नवा भी लै सकदे ने। ते जी जिहड़े पुराने लोक सीगे उहनां कोल जी कपड़े नहीं सीगे, ते आउण जी आप कपड़े लै। अच्छा, हाँ बई, सहमत हो इहदीआं गल्लां नाल तुसीं जो कुछ इह कह रहे आ ਤੁਹਾਡੇ ਚੋਂ ਪਹਿਲਾ ਵਿਦਿਆਰਥੀ? ਹਾਂ ਵੀ ਉਹ ਕੀ ਕਹਿ ਰਿਹਾ ਸੀ? ਉਹਨੇ ਕਿਹਾ ਜੀ ਕਿ ਪੁਰਾਣੇ ਸਮੇਂ ਵਿੱਚ ਕੱਪੜੇ ਨਹੀਂ ਹੁੰਦੇ ਸੀਗੇ, ਪੁਰਾਣੇ ਕੱਪੜਿਆਂ ਵਿੱਚ ਪੁਰਾਣੇ ਲੋਕ ਬਹੁਤ ਆਪਣੇ ਹੱਥਾਂ ਨਾਲ ਆਪਣੇ ਕੱਪੜੇ। ਸ਼ਾਬਾਸ਼, ਵੈਰੀ ਗੁੱਡ, ਤਾੜੀਆਂ ਮਾਰ ਦੋ ਬੱਚੇ ਲਈ। ਹੁਣ ਦੇ ਸਮਿਆਂ ਵਿੱਚ ਫੋਨ ਹੁੰਦੇ ਜੀ, ਉਹਨਾਂ ਦੀ ਨਸ਼ਾ ਦਿਖਾਉਂਦੇ ਕਿਵੇਂ ਕਰਦੇ ਆ ਤੇ ਗਾਲਾਂ ਕੱਢਦੇ ਆ। ਤੇ ਜੀ ਪੁਰਾਣੇ ਸਮੇਂ ਵਿੱਚ ਇੰਨੀ ਸਹੂਲਤ ਸੀਗੀ ਕਿ ਉੱਥੇ ਫੋਨ ਵੀ ਨਹੀਂ ਹੁੰਦੇ ਸੀਗੇ, ਇਸ ਲਈ ਬੱਚੇ ਉੱਥੋਂ ਦੇ ਨਾ ਨਸ਼ਾ ਕਰਨਾ ਸਿੱਖਦੇ ਸੀ, ਨਾ ਕੋਈ ਗਾਲਾਂ। ਹਾਂ, ਉਹਨੂੰ ਸਹੂਲਤ ਤਾਂ ਨਹੀਂ ਕਹਿ ਸਕਦੇ। ਹਾਂ, ਬਹੁਤ ਸੋਹਣੇ ਵਿਚਾਰ ਆ, ਤਾੜੀਆਂ ਹੋ ਜਾਣ ਬਈ। ਸ਼ਾਬਾਸ਼, ਅਗਲਾ ਵਿਦਿਆਰਥੀ ਆਓ ਬਈ। ਤੁਸੀਂ ਕਹਿੰਦੇ ਹੋ ਕਿ ਹੁਣ ਦਾ ਸਮਾਂ ਚੰਗਾ, ਕੀ ਚੰਗਾ ਇਹਦਾ? ਤੁਸੀਂ ਕਹਿੰਦੇ ਹੋ ਕਿ ਪੁਰਾਣਾ ਸਮਾਂ ਮਾੜਾ ਸੀ, ਕੀ ਮਾੜਾ ਸੀ? ਪੁਰਾਣੇ ਸਮੇਂ 'ਚ ਜੀ ਬਲਦ ਹੁੰਦੇ ਸੀ, ਖੇਤੀ ਕਰਨ 'ਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੀ, ਅੱਜ ਦੇ ਸਮੇਂ 'ਚ ਟਰੈਕਟਰ ਆ ਜੀ, ਖੇਤੀ 5 ਮਿੰਟਾਂ 'ਚ ਹੁੰਦੀ। ਵੈਰੀ ਗੁੱਡ, ਸ਼ਾਬਾਸ਼, ਬਹੁਤ ਸੋਹਣਾ ਕੰਮ ਆ। ਹਾਂ, ਉਹ ਕੀ ਮਾੜਾ ਉੱਥੇ? ਹਾਂ ਵੀ, ਕੀ ਵਿਚਾਰ ਆ ਤੁਹਾਡੇ ਉਹਦੇ ਬਾਰੇ? ਉਹ ਕਹਿੰਦਾ ਕਿ ਪਹਿਲਾਂ ਲੋਕ ਬਲਦਾਂ ਨਾਲ ਦੁਖੀ ਹੁੰਦੇ ਰਹਿੰਦੇ ਸੀ, ਅੱਜ ਕੱਲ੍ਹ ਟਰੈਕਟਰ ਆ, ਟੈਕਨੋਲੋਜੀ ਆ, ਮਿੰਟਾਂ ਸਕਿੰਟਾਂ 'ਚ ਕੰਮ ਹੁੰਦੇ ਆ। ਤੁਸੀਂ ਦੱਸੋ ਵੀ ਕੀ ਮਾੜਾ ਹੁਣ ਨਵੇਂ ਸਮੇਂ ਦਾ ਅਤੇ ਕੀ ਚੰਗਾ? ਹਾਂਜੀ, ਜੇ ਜੀ ਖੇਤੀ ਵੀ ਕਰਦੇ ਆ, ਉਹਦੇ ਵਿੱਚ ਵੀ ਕੋਈ ਨਾ ਕੋਈ ਕੈਮੀਕਲ ਆ, ਪਰ ਪੁਰਾਣੇ ਸਮੇਂ ਵਿੱਚ ਜੀ ਬਲਦਾਂ ਨਾਲ ਕਰਦੇ ਸੀ, ਭਾਵੇਂ ਟਾਈਮ ਲੱਗਦਾ ਸੀ, ਪਰ ਜੀ ਸੁੱਚਾ ਖਾਣਾ। ਵੈਰੀ ਗੁੱਡ, ਸ਼ਾਬਾਸ਼, ਤਾੜੀ ਮਾਰੋ ਬੱਚੇ ਨੂੰ। ਬਹੁਤ ਸੋਹਣੇ ਵਿਚਾਰ ਆ, ਉਹ ਤਾਂ ਤੁਸੀਂ ਜ਼ਹਿਰਾ ਖਾਉਣ ਲਾਤਾ ਯਾਰ, ਪੁਰਾਣੇ ਸਮੇਂ 'ਚ ਰੂੜੀ ਦੀ ਖਾਦ ਪਾਉਂਦੇ ਸੀ। ਅਗਲਾ ਬੱਚਾ ਕਿਹੜਾ ਆਪਣਾ? ਸ਼ਾਬਾਸ਼, ਕੀ ਵਿਚਾਰ ਆ ਤੁਹਾਡੇ? ਨਵਾਂ ਸਮਾਂ ਤੁਸੀਂ ਕਹਿੰਦੇ ਹੋ ਕਿ ਚੰਗਾ ਅਤੇ ਪੁਰਾਣਾ ਤੁਸੀਂ ਕਹੀ ਜਾਂਦੇ ਹੋ ਮਾੜਾ ਸੀ, ਦੱਸੋ ਵੀ ਕੀ ਚੰਗਾ ਹੁਣ ਨਵੇਂ ਸਮੇਂ 'ਚ? ਹਾਂਜੀ, ਸ਼ੋਪਿੰਗ ਮਾਲ ਆ ਜੀ, ਪੁਰਾਣੇ ਸਮੇਂ 'ਚ ਜੀ ਪੁਰਾਣੇ ਸਮੇਂ 'ਚ ਪਾਟੇ ਵੀ ਕੱਪੜੇ। ਉੱਚੀ ਬੋਲੋ ਥੋੜ੍ਹਾ ਜਿਹਾ ਬੱਚੋ, ਸੁਣੋ ਇਹਦਾ ਫਿਰ ਤੁਸੀਂ ਜਵਾਬ ਦੇਣਾ। ਪੁਰਾਣੇ ਸਮੇਂ ਪਾਟੇ ਕੱਪੜੇ ਪਾਉਂਦੇ ਸੀ ਪੁਰਾਣੇ ਸਮੇਂ 'ਚ, ਹੁਣ ਕਹਿੰਦੇ ਸ਼ੋਪਿੰਗ ਮਾਲ ਆ ਅੱਜ ਕੱਲ੍ਹ। ਕਿਆ ਬਾਤ ਆ, ਨਵੇਂ ਸਵਾ ਕੇ ਪਾਉਂਦੇ ਆ। ਚਲੋ, ਤਾੜੀਆਂ ਤਾਂ ਨਹੀਂ ਬਣਦੀਆਂ ਇਸ ਗੱਲ 'ਤੇ, ਅਤੇ ਨਹੀਂ ਨਹੀਂ ਬਈ, ਤਾੜੀ ਨਹੀਂ, ਬਸ ਵੀ ਆਵਾਜ਼ ਨਹੀਂ। ਸ਼ਾਬਾਸ਼, ਕਿਆ ਬਾਤ ਆ ਬਈ, ਨੀਅਤ ਸਾਫ ਵਾਲੇ ਬੰਦੇ ਸੀ, ਤਾੜੀ ਹੁੰਦੀ ਹੋਣੀ ਚਾਹੀਦੀ ਆ। ਸ਼ਾਬਾਸ਼, ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਆ। ਅਗਲਾ ਬੱਚਾ ਤੁਹਾਡਾ ਕੀ ਕਹਿਣਾ? ਵੀ ਤੁਸੀਂ ਕਹਿੰਦੇ ਹੋ ਕਿ ਨਵਾਂ ਸਮਾਂ ਹੈ ਵਧੀਆ ਅਤੇ ਪੁਰਾਣਾ ਮਾੜਾ, ਦੱਸੋ ਕੋਈ ਗੱਲ ਕੀ ਚੰਗੀ ਹੈ ਇਹਦੀ ਅਤੇ ਕੀ ਮਾੜੀ ਆ? ਬਿਮਾਰੀਆਂ ਵਧਦੀਆਂ ਸੀ, ਉਦੋਂ ਜੀ ਮੱਛਰ ਵੀ ਬਹੁਤ ਜ਼ਿਆਦਾ ਸੀਗਾ ਜੀ। ਸ਼ਾਬਾਸ਼, ਡੇਂਗੂ ਮਲੇਰੀਆ ਇਹਨਾਂ ਨੂੰ ਹੁੰਦਾ ਹੀ ਰਹਿੰਦਾ ਸੀ, ਤੇ ਜੀ ਟਾਈਮ ਇਹਨਾਂ ਕੋਲ ਹੁੰਦਾ ਨਹੀਂ ਸੀ, ਵੀ ਡਾਕਟਰ ਤੋਂ ਹੁੰਦੇ ਨਹੀਂ ਸੀ, ਵੈਦਾਂ ਕੋਲ ਵੀ ਵੈਦ ਲੇਟ ਆਉਂਦੇ ਸੀਗੇ। ਉਹਨੂੰ ਤਾਂ ਜੀ ਬਹੁਤ ਸੀਰੀਅਸ ਕੰਡੀਸ਼ਨ 'ਚ ਜਾ ਵੜਦੇ ਸੀਗੇ। ਹਾਂ, ਬੁਰਾ ਹਾਲ ਸੀ, ਬਿਮਾਰੀਆਂ ਸੀ, ਬਿਮਾਰੀਆਂ ਦੇ ਇਲਾਜ ਹੈ ਨਹੀਂ ਸੀ। ਅਤੇ ਠੀਕ ਆ ਵੀ, ਸੋਹਣੇ ਵਿਚਾਰ ਆ ਬੱਚੇ ਦੀ, ਤਾੜੀ ਹੋ ਜਾਏ। ਹਾਂ ਵੀ,
अगला बच्चा केड़ा अपना हाँ भी उन्हों का कहना है कि पुराने समय च लोग बीमारियां नाल मरते रहिंदे सी ते नवा समा जिहड़ा टेक्नोलॉजी है डॉक्टर है बंदे नूं बचा लैंदे आ की कहना तुहाडा आवाज नहीं पुत किसी की आवाज नहीं तुहाडी वारी आएगी हाँ पुत ठंडी हवा वातावरण साफ लालची हो गए हां फर्क तो है लालचीपन वध्या थोड़ा जिहा लोकां दा पर उन्हां दा कहना यह सीगा कि बीमारियां नाल संबंधित उहदे बारे तुसीं की विचार पेश कर रहे हो आपदे कि पहला बीमारियां आउंदियां सी इलाज नहीं हुंदे सी वैद्यां कोल ही हुंदा सी देसी जड़ियां बूटियां पर हुण जिहड़े डाक्टर आ उहनां दा कहना कि मरदे बंदे नूं बचा लैंदे आ वेरी गुड बहुत सोहने विचार है अज कल कहिंदे बंदे नूं ठीक करन दी बजाय बीमार ज्यादा कीता जांदा है कैमिकल पा पा के सेहत नाल खिलवाड़ कीता जांदा इलाज दे नाते ताड़ी हो जाए बच्चे लई बहुत सोहने विचार है हाँ भाई अपनी टीम हाँ भाई अपने की विचार है रुक जाओ पुत्तर रुक जाओ आवाज नहीं जो जी करदा चले जांदे आ रुक जाओ पुत्तर रुक जाओ ठीक है भी उन्हां दा कहना है हाँ भी अगे अपना बच्चा केड़ा अगला हाँ भी उन्हां दा कहना है कि आवाजाई दे साधन वधे आ पहला लोग पैदल फिरते रहिंदे सी ते हुण इंसान ने पता नहीं लखां किलोमीटर जिहड़े पैंडे आ ऐ भी बहुत सोहने विचार पेश किए आ अगले विचार कौन पेश करना चाहता भी शाबाश हाँ पारस हाँ पारस की कहना चाहते हो टेक्नोलॉजी है नहीं सी हाँ मरिया बंदा बचाया जा सकता मरदा बंदा सच हो सकता मरिया भी बचाया जान लगे शाबाश हां भाई तुहाडे की विचार आ भाई बहुत सोहने विचार पेश किए पास ने शाबाश शाबाश पहला जे साधन है नहीं सी बीमारियां भी इन भैड़ियां है नहीं सी हां भी तुहाडे च कौन विचार पेश करना चाहुंदा है ਤੇ ਜੀ ਪਹਿਲਾਂ ਵਾਲੇ ਸਮਿਆਂ 'ਚ ਜੀ ਸਕੂਲ ਮਾੜੇ ਸੀਗੇ ਉਹਨਾਂ 'ਚ ਪੜ੍ਹਾਈ ਨਹੀਂ ਸੀ ਹੁੰਦੀ ਪਰ ਉਦੋਂ ਲੁੱਟਿਆ ਵੀ ਨਹੀਂ ਸੀ ਜਾਂਦਾ ਜੀ ਤੇ ਜੀ ਹੁਣ ਦੇ ਸਮੇਂ 'ਚ ਜੀ ਫੀਸ ਜਾਇਜ਼ ਆ ਜੀ ਉਹਨਾਂ ਦੀ ਪੜ੍ਹਾਈ ਬਹੁਤ ਚੰਗੀ ਆ ਜੀ ਹੁਣ ਦੇ ਸਮੇਂ 'ਚ ਕਮਾਈ ਬਹੁਤ ਜ਼ਿਆਦਾ ਹੋ ਗਈ ਜਾਂਦੇ ਜੀ ਹਾਂ ਕਮਾਈ ਦੇ ਹਿਸਾਬ ਨਾਲ ਸੌਖੇ ਆ ਜੀ ਪਹਿਲਾਂ ਜੀ ਹਾਂ ਕਮਾਈ ਦੇ ਹਿਸਾਬ ਨਾਲ ਲੋਕ ਸੌਖੇ ਕੋਈ 1500 ਰੁਪਇਆ ਦੇਣਾ ਕੋਈ ਜ਼ਿਆਦਾ ਵੀ ਨਹੀਂਗਾ ਹਾਂਜੀ ਪਹਿਲਾਂ ਵੀ ਕਣਕ ਕਿਲੋ ਕਣਕ ਦੇਣੀ ਵੀ ਉਸੇ ਦੇ ਬਰਾਬਰ ਹੀ ਸੀ ਫਿਰ ਕੀਮਤ ਵੀ ਬਹੁਤ ਸੀ ਨਾ ਕਣਕ ਦੀ ਉਦੋਂ अनाज पैदा भी नहीं बहुत हुंदा सी उही हिसाब किताब है चलो आपां होर विचार पेश जिहड़े बच्चे करनगे सुणदे उहनां दे